ਗੈਰਾਂ ਨੇ ਨੀਤਾਂ ਕੀਤੀਆਂ ਨੀ ਕਾਪੀਆਂ ਗੈਰਾਂ ਨੇ ਸਿਰਾਂ ਤੇ ਮਾਰੀਆਂ ਨੀ ਥਾਪੀਆਂ ਸੁੱਚੀਆਂ ਨੇ ਨੀਤਾਂ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀ ਵੀ ਮੀਡੀਆ 'ਤੇ ਦੋਸਤੋ ਸਿੱਧੂ ਮੂਸੇਵਾਲਾ ਜੋ ਕਿ ਅੱਜ ਦੇ ਟਾਈਮ ਦਾ ਸੁਪਰਹਿੱਟ ਸਟਾਰ ਹੈ ਅਤੇ ਆਪਣੇ ਗਾਣੇ ਨਾਲ ਦੁਨੀਆ 'ਤੇ ਇੱਕ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ ਦੋਸਤੋ ਸਿੱਧੂ ਮੂਸੇਵਾਲਾ ਹਰ ਉਮਰ ਦੇ ਇਨਸਾਨਾਂ ਨੂੰ ਪਸੰਦ ਹੈ ਅਤੇ ਹਰ ਕੋਈ ਉਸਦੇ ਗਾਣੇ ਵੀ ਸੁਣਦਾ ਹੈ ਦੋਸਤੋ ਆਮ ਬੰਦਿਆਂ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਵੀ ਸਿੱਧੂ ਦੀਆਂ ਫੈਨ ਹਨ ਦੋਸਤੋ ਜੇਕਰ ਗੱਲ ਕਰੀਏ ਫੀਮੇਲ ਆਰਟਿਸਟ ਦੀ ਤਾਂ ਉਹਨਾਂ ਵਿੱਚ ਵੀ ਸਿੱਧੂ ਕਾਫੀ ਚਰਚਾ ਵਿੱਚ ਰਹਿੰਦਾ ਹੈ ਦੋਸਤੋ ਅੱਜ ਗੱਲ ਕਰਦੇ ਹਾਂ ਸੋਨਮ ਬਾਜਵਾ ਦੀ ਦੋਸਤੋ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਐਕਟਰ ਅਤੇ ਮਾਡਲ ਹੈ ਦੋਸਤੋ ਸੋਨਮ ਬਾਜਵਾ ਸਿੱਧੂ ਮੂਸੇਵਾਲਾ ਨਾਲ ਜੱਟੀ ਜਾਉਣੇ ਮੋੜ ਨਾਮੀ ਗਾਣੇ ਵਿੱਚ ਕੰਮ ਕਰ ਚੁੱਕੀ ਹੈ ਉਸਨੇ ਆਪਣੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਸਿੱਧੂ ਦੀ ਕੱਟੜ ਫੈਨ ਹੈ ਅਤੇ ਉਸ ਨਾਲ ਇੱਕ ਫਿਲਮ ਵੀ ਕਰਨਾ ਚਾਹੁੰਦੀ ਹੈ ਤਾਂ ਦੋਸਤੋ ਆਓ ਦੇਖੀਏ ਉਸ ਦੀਆਂ ਕੁਝ ਵੀਡੀਓ ਜਿਸ ਵਿੱਚ ਉਹ ਸਿੱਧੂ ਦਾ ਜ਼ਿਕਰ ਕਰ ਰਹੀ ਹੈ ਕਿ ਸਿੱਧੂ ਦੇ ਨਾਲ ਜਿੱਦਾਂ ਦੀ ਸਾਡੀ ਫਿਲਮ ਹੈਗੀ ਆ ਜੋ ਵਾਈਬ ਆ ਮੇਰੇ ਕੋਲ ਆਪਸ਼ਨ ਬੀ ਹੈ ਹੀ ਨਹੀਂ ਸੀ ਆਈ ਜਸਟ ਟੋਲਡ ਮਾਈ ਪ੍ਰੋਡਿਊਸਰਸ ਆਪਾਂ ਨੂੰ ਸਿੱਧੂ ਦਾ ਗਾਣਾ ਚਾਹੀਦਾ ਆ ਐਂਡ ਆਈ ਹੈਡ ਨੈਵਰ ਸਪੋਕਨ ਟੂ ਸਿੱਧੂ ਬਿਫੋਰ ਹਾਂ ਐਂਡ ਆਈ ਟੋਲਡ ਦੈਮ ਦੈਟ ਆਈ ਨੀਡ ਅ ਸੌਂਗ ਫਰੋਮ ਸਿੱਧੂ ਬਿਕੋਜ਼ ਅੜਬ ਮੁਟਿਆਰਾ ਮੈਂ ਕਿਹਾ ਇਹਦੇ 'ਤੇ ਜੇ ਕੋਈ ਸੱਚੀ ਕੋਈ ਵਧੀਆ ਗਾਣਾ ਲਿਖ ਸਕਦਾ ਨਾ ਬੈਸਟ ਗਾਣਾ ਮੈਂ ਕਿਹਾ ਉਹ ਸਿੱਧੂ ਆ ਅਤੇ ਮੈਂ ਕਿਹਾ ਮੈਨੂੰ ਉਹਦਾ ਗਾਣਾ ਤੁਸੀਂ ਲਿਆ ਦਿਓ ਸੋ ਆਈ ਵਾਜ਼ ਲਾਈਕ ਉਹਨਾਂ ਦਾ ਗਾਣਾ ਲਿਆ ਦਿਓ ਸੋ ਜੀ ਨੈਕਸਟ ਕੋ ਸਟਾਰ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੋ ਮੈਂ ਆਪਸ਼ਨ ਦੇ ਦੇਣਾ ਜੱਸੀ ਗਿੱਲ ਸਿੱਧੂ ਮੂਸੇਵਾਲਾ ਦੇਵ ਕਰੋੜ ਜਿਮੀ ਸ਼ੇਰਗਿੱਲ ਸਾਰੇ ਸਿੱਧੂ ਆਈ ਐਮ ਐਕਸਾਈਟਿਡ ਟੂ ਸੀ ਹਾਊ ਇਜ਼ ਹੀ ਐਜ਼ ਐਨ ਐਕਟਰ ਬਿਕੋਜ਼ ਐਜ਼ ਅ ਪਰਸਨ ਹੀ ਇਜ਼ ਵੈਰੀ ਯੂਨੀਕ ਮਤਲਬ ਉਹਨਾਂ ਜੋ ਸਟਾਈਲ ਹੈ ਜੋ ਆਪਣੇ ਬਾਰੇ ਸੋਚਦੇ ਆ ਜਿੱਦਾਂ ਉਹ ਗੱਲ ਕਰਦੇ ਆ ਹੀ ਇਜ਼ ਵਨ ਆਫ ਅ ਕਾਇੰਡ ਸੋ ਮੈਂ ਚਾਹੂੰਗੀ ਕਿ ਮੈਂ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਲ ਕੰਮ ਕਰਾਂ ਇਟ ਵਿਲ ਬੀ ਅ ਫਨ ਐਕਸਪੀਰੀਅੰਸ ਮੈਂ ਦੇਖੂੰਗੀ ਨਾ ਜਿਹੜਾ ਇਨ ਪਰਸਨ ਇੰਨੇ ਵੱਖਰੇ ਸੁਭਾਅ ਦਾ ਉਹ ਐਕਟਿੰਗ ਕਿਵੇਂ ਕਰਦਾ ਆ ਕਿਵੇਂ ਡਿਫਰੈਂਟ ਕਿਰਦਾਰ ਕਰਦਾ ਸੋ ਡੈਫੀਨੇਟਲੀ ਅਤੇ ਜਦੋਂ ਤੁਸੀਂ ਸਿੱਧੂ ਮੂਸੇਵਾਲੇ ਨਾਲ ਸ਼ੂਟਿੰਗ ਕਰਕੇ ਆਏ ਸੀ ਤੁਸੀਂ ਪਾਏ ਸੀ ਮੈਂ ਬੜੀ ਐਕਸਾਈਟਡ ਸੀਗੀ ਵੀ ਉਹਨਾਂ ਸ਼ੂਟਿੰਗ ਕਰਨਾ ਕਿੱਦਾਂ ਸੀ ਉਹ ਸਾਰਾ ਮਾਹੌਲ ਜੇ ਉਹਨਾਂ ਦਾ ਨੇਚਰ ਕਿਵੇਂ ਦਾ ਸੁਭਾਅ ਕਿਵੇਂ ਦਾ ਆ ਕਿਉਂਕਿ ਉਹ ਕਹਿੰਦੇ ਬਹੁਤ ਘੱਟ ਤੇ ਸ਼ਰਮੀਲੇ ਇਸ ਅਲਿਲ ਸ਼ਾਇ ਆਈ ਗੈਸ ਜ਼ਿਆਦਾ ਨਹੀਂ ਬੋਲਦੇ ਸਾਡੀ ਬਟ ਇਜ਼ ਅ ਵੈਰੀ ਨਾਈਸ ਪਰਸਨ ਔਰ ਸਾਡੀ ਪੂਰੀ ਟੀਮ ਬਹੁਤ ਖੁਸ਼ ਹੈ ਔਰ ਬਹੁਤ ਯੂ ਨੋ ਸਿੱਧੂ ਅਸੀਂ ਆਫ ਸੈਡ ਟਾਈਮ ਐਂਡ ਅਗੇਨ ਕਿ ਉਹਨਾਂ ਨੇ ਸਾਨੂੰ ਬੈਸਟ ਗਾਣਾ ਦਿੱਤਾ ਸੋ ਵੀ ਆਰ ਵੈਰੀ ਥੈਂਕਫੁਲ ਔਰ ਬਹੁਤ ਵਧੀਆ ਲੱਗਿਆ ਉਹਨਾਂ ਦਾ ਕੰਮ ਕਰਕੇ ਉਹਨਾਂ ਦਾ ਮਿਊਜ਼ਿਕ ਸਾਰਿਆਂ ਨੂੰ ਹੀ ਪਸੰਦ ਆ ਯੂਥ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਦੋਨਾਂ ਨੂੰ ਬਹੁਤ ਪਸੰਦ ਆ ਸੋ ਆਈ ਐਮ ਸੋ ਹੈਪੀ ਕਿ ਇਹ ਗਾਣਾ ਅਸੀਂ ਸਿੱਧੂ ਦੇ ਨਾਲ ਕੀਤਾ ਕਿਉਂਕਿ ਮੈਨੂੰ ਇਹ ਫਿਲਮ ਦਾ ਇੱਕ ਗਾਣਾ ਚਾਹੀਦਾ ਸੀ ਜੋ ਕਿ ਕੁੜੀਆਂ ਨੂੰ ਰੈਪ੍ਰਜੈਂਟ ਕਰੇ ਅਤੇ ਮੇਰੇ ਕੋਲ ਕੋਈ ਆਪਸ਼ਨ ਬੀ ਨਹੀਂ ਸੀਗਾ ਮਾਈਂਡ ਦੇ ਵਿੱਚ ਮੈਨੂੰ ਸੀਗਾ ਕਿ ਸਿੱਧੂ ਹੀ ਇਹ ਗਾਣਾ ਕਰ ਸਕਦਾ ਹੈ ਉਹ ਹੀ ਕਰੇ ਆਈ ਐਮ ਸੋ ਹੈਪੀ ਦੋਸਤੋ ਅੱਜ ਲਈ ਬਸ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ